ਆਓ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਹਾਂ ਵੀ ਕਿੱਦਾਂ ਦੇ ਘਰ ਦੇ ਵਿੱਚ ਇਹ ਵੀਰ ਜਿਹੜੇ ਸਾਡੇ ਨੇ ਇਹ ਰਹਿ ਰਹੇ ਨੇ, ਕਿੱਦਾਂ ਦਾ ਸਿਚੁਏਸ਼ਨ ਆ, ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਵੀ ਕਰਾਂਗੇ। ਆ ਜਾਓ ਥੋੜ੍ਹਾ ਜਿਹਾ। ਸੋ ਇੱਥੇ ਜਾਣੀ ਕਿ ਆਹ ਉਹ ਕਿਚਨ ਆ ਜਿਹਦੇ ਵਿੱਚ ਕਿ ਤੁਹਾਡਾ 30 ਜਣਿਆਂ ਦਾ ਖਾਣਾ ਪੀਣਾ ਤੁਸੀਂ ਬਣਾਉਂਦੇ ਹੋ, ਅਤੇ ਕਿਵੇਂ ਇਹਨੂੰ ਮੈਨੇਜ ਕਿਵੇਂ ਕਰਦੇ? 30 ਜਣਿਆਂ ਦਾ ਖਾਣਾ ਇੱਕ ਵਾਰੀ ਤਾਂ ਬਣਦਾ ਨਹੀਂ ਹੋਣਾ ਐਡੇ ਕੁ ਉਹਦੇ ਵਿੱਚ। ਬਾਈ ਜੀ ਸਵੇਰ ਤੋਂ 6 ਵਜੇ ਤੋਂ ਲੱਭ ਪੈਂਦੇ ਹਾਂ ਅਤੇ 2 ਵਜੇ ਤੱਕ ਖਾਣਾ ਹੀ ਚੱਲਦਾ ਜੀ। ਇਹਦੀ ਪ੍ਰੋਬਲਮ ਮੇਨ ਇਹ ਆ, ਇਹ ਚੁੱਲ੍ਹੇ ਦੀ ਕੋਈ ਲਿਮਿਟ ਹੁੰਦੀ ਆ ਗੈਸ ਚੁੱਲ੍ਹੇ ਦੀ, ਇਹ ਇਹਦੇ ਨਾਲ ਫਾਇਰ ਵੀ ਹੋ ਸਕਦਾ, ਅੱਗ ਲੱਗ ਸਕਦੀ। 3 ਮਿੰਟ 'ਚ ਇਹ ਪੂਰਾ ਘਰ ਖਤਮ ਹੋ ਜਾਣਾ, ਕਿਉਂਕਿ ਇਹ ਲੱਕੜ ਦਾ ਆ, ਕੌਂਕਰੀਟ ਦਾ ਨਹੀਂ ਹੈਗਾ। ਬਿਲਕੁਲ ਹਾਂ, ਮਗਰ ਇਹ ਰਿਸਕ ਆ ਸਾਡੀ ਜ਼ਿੰਦਗੀ ਦਾ, ਇੱਥੇ ਰਹਿਣ ਦਾ ਵੀ। ਹਾਂਜੀ, ਤੁਸੀਂ ਦੇਖ ਸਕਦੇ ਆ ਵੀ ਕਿਸ ਤਰ੍ਹਾਂ ਹੈ ਨਾ ਕਰਦੇ ਹਾਂ। ਜਸਪ੍ਰੀਤ ਜੀ ਆਹ ਭਾਂਡੇ ਵੀ ਦਿਖਾ ਦਿਓ ਇੱਧਰ, ਜਿੱਦਾਂ ਕਹਿੰਦੇ ਸਾਰਿਆਂ ਨੇ ਆਪਣੇ ਕੁੱਕਰ ਵਗੈਰਾ ਰਾਈਸ ਕੂਕ ਬਣਾਉਣ ਦੇ ਲਈ ਇੱਦਾਂ ਕੀਤਾ ਹੋਇਆ। ਇੱਧਰ ਤੁਸੀਂ ਦੇਖੋ ਕਿ ਆਹ ਗੱਦੇ, ਇੱਧਰ ਕਿਚਨ ਦੇ ਵਿੱਚ ਵੀ ਗੱਦੇ ਲੱਗੇ ਹੋਏ ਆ, ਤਾਂ ਇਹ ਆਹ ਸਮਾਨ ਵੀ ਸਾਰਾ ਨਾਲ ਹੀ ਪਿਆ ਗਾ। ਅਤੇ ਇੱਧਰ ਤੁਸੀਂ ਆ ਜਾਓ, ਅਤੇ ਇਹ ਜਿਹੜਾ ਸਾਰਾ ਇੱਥੇ ਲੌਂਜ ਦੇ ਵਿੱਚ ਜਿੱਥੇ ਖਾਸ ਤੌਰ ਦੇ ਉੱਤੇ ਆਪਣਾ ਬੈਠਣ ਵਾਲਾ ਹੁੰਦਾ, ਇੱਥੇ ਵੀ ਜਿਹੜੇ ਹੈਗੇ ਕਿ ਗੱਦੇ ਲੱਗੇ ਹੋਏ ਆ। ਅਤੇ ਇਹ ਮੈਂ ਜਾਣਨਾ ਚਾਹੁੰਦਾ, ਇਹ ਬਾਈ ਜੀ ਗੱਦੇ ਤੁਹਾਨੂੰ ਉਹਨਾਂ ਨੇ ਪ੍ਰੋਵਾਈਡ ਕੀਤੇ ਜਾਂ ਤੁਸੀਂ ਲੈ ਕੇ ਆਏ? ਹਾਂਜੀ, ਇਹ ਰੂਮ ਵੀ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤਾ ਹੈ ਜਿਹੜਾ ਘਰ ਹੈ, ਅਤੇ ਗੱਦਾ ਵੀ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤੇ ਰਹਿਣ ਵਾਸਤੇ। ਹਾਂਜੀ, ਇਹ ਹੁਣ ਗੱਦਿਆਂ ਦੇ ਤੁਸੀਂ ਇੱਥੇ ਜਿਵੇਂ ਕਹਿੰਦੇ ਵੀ ਗੱਦੇ ਤਾਂ ਸਾਰੇ ਘਰ ਦੇ ਵਿੱਚ 20 ਜਣੇ ਹੋਣੇ, ਬੰਦੇ ਤੁਸੀਂ 30 ਜਾਂ ਫਿਰ ਕਿੱਦਾਂ ਐਡਜਸਟ ਕਰਦੇ ਹੋ? ਇਹ ਐਡਜਸਟ ਜੀ, ਇੱਕ ਗੱਦੇ ਦੇ 2-2 ਜਣੇ ਵੀ ਪੈਂਦੇ ਨੇ ਜੀ, ਜਿੱਦਾਂ ਤੁਸੀਂ ਦੇਖ ਰਹੇ ਹੋ ਇੱਥੇ ਗੱਦਾ ਨਹੀਂ ਹੈਗਾ, ਇੱਥੇ ਵੀ 2 ਬੰਦੇ ਪੈਂਦੇ ਜੀ। ਆਹ ਜਸਪ੍ਰੀਤ ਜੀ ਆਹ ਦਿਖਾਇਓ ਇੱਧਰ ਕਿ ਇੱਥੇ ਗੱਤਾ ਰੱਖਿਆ ਹੋਇਆ ਕਿ ਗੱਦਾ ਨਹੀਂ ਹੈਗਾ, ਤਾਂ ਉੱਥੇ ਕੰਬਲ ਸੈੱਟ ਕੇ ਥੱਲੇ ਵੀ ਜਿਹੜੇ ਵੀਰ ਇਹ ਪੈ ਰਹੇ ਨੇ। ਸੋ ਇਹ ਸਿਚੁਏਸ਼ਨ ਜਿਹੜੀ ਹੈਗੀ ਕਿ ਇੱਥੇ ਬਣੀ ਹੋਈ ਹੈ ਜੀ। ਅਤੇ ਕੱਪੜੇ ਵਗੈਰਾ ਧੋਣੇ ਹੋਰ ਸਾਰਾ ਕੁਛ, ਉਹ ਕਿੱਦਾਂ ਦਾ ਸਿਸਟਮ ਚੱਲ ਰਿਹਾ? ਕੱਪੜੇ ਧੋਣ ਵਾਸਤੇ ਇੱਕ ਵਾਸ਼ਿੰਗ ਮਸ਼ੀਨ ਹੈਗੀ ਹੈ ਜੀ, ਅਤੇ ਉਹ ਵੀ ਕੱਪੜੇ ਧੋਣੇ ਹੋਣ 'ਤੇ ਇੱਕ ਦਿਨ 'ਤੇ ਵਾਰੀ ਨਹੀਂ ਆਉਂਦੀ, ਦੂਜੇ ਤੀਜੇ ਦਿਨ ਜਾ ਕੇ ਕਿਸੇ ਦੀ ਬੰਦੇ ਦੀ ਚਾਂਸ ਲੱਗਦਾ, ਅਤੇ ਨੰਬਰ ਵਾਈਜ਼ ਲੱਗਦੇ ਹੈਗੇ, ਨੰਬਰ ਵਾਈਜ਼ ਆਪਾਂ ਕੱਪੜੇ ਧੋਈ ਦੇਣੇ ਜੀ। ਤੁਹਾਡੇ ਕੋਲ ਜਾਣ ਨੂੰ ਵਹੀਕਲ ਤਾਂ ਕੋਈ ਹੈ ਨਹੀਂ ਇੱਥੇ? ਹਾਂਜੀ ਹਾਂਜੀ, ਨਹੀਂ ਕੋਈ ਵਹੀਕਲ ਨਹੀਂ ਬਾਈ, ਆਪਾਂ ਤੁਰ ਕੇ ਜ਼ਿਆਦਾ ਸਾਰੇ ਤੁਰ ਕੇ ਹੀ ਜਾਂਦੇ, ਜਿੱਥੇ ਵੀ ਜਾਣਾ ਕਿ 2-4 ਕਿਲੋਮੀਟਰ ਲਾਗੇ ਤਾਂ ਅੱਗੇ ਜਾਣਾ, ਤੁਰ ਕੇ ਹੀ ਜਾਈਦਾ ਜੀ, ਕਿਉਂਕਿ ਬੱਸ ਦੇ ਕਿਰਾਏ ਤੁਹਾਨੂੰ ਪਤਾ ਓਕਲੈਂਡ ਟਰਾਂਸਪੋਰਟ ਦੇ ਬਹੁਤ ਜ਼ਿਆਦਾ ਇੰਕਰੀਜ਼ ਹੋ, ਜਦੋਂ ਆਏ ਉਦੋਂ ਘੱਟ ਸੀਗੇ, ਹੁਣ ਬਹੁਤ ਜ਼ਿਆਦਾ ਆਸਮਾਨ 'ਤੇ ਚੜ ਗਏ ਨੇ ਜੀ। ਆਹ ਦੇਖ ਸਕਦੇ ਹਾਂ ਕਿ ਆਹੀ ਇੱਕ ਕੁੱਕਰ ਹੈ ਇਹਨਾਂ ਕੋਲ ਜਿਹਦੇ 'ਚ ਕਿ ਦਾਲ ਸਬਜ਼ੀ ਬਣਾਉਂਦੇ ਆ, ਆਹੀ ਇਹਨਾਂ ਦੀ ਪ੍ਰਾਂਤ ਆ, ਇਹਦੇ 'ਚ ਹੀ ਆਟਾ ਗੁੰਨਦੇ ਆ ਸਾਰੇ। ਦੂਜੇ ਤੁਸੀਂ ਦੇਖ ਸਕਦੇ ਆ, ਰਾਈਸ ਕੁੱਕਰ ਤੁਸੀਂ ਉੱਧਰ ਦੇਖ ਹੀ ਲਏ ਆ ਜੀ। ਰੋਟੀ ਬਣਾਉਣੀ ਹੋਵੇ ਨਾ, ਦੂਜੀ ਵਾਰ 3 ਘੰਟੇ ਬਾਅਦ ਵਾਰੀ ਆਉਂਦੀ ਜੀ ਸਿਰੇ ਬੰਦੇ, ਮਤਲਬ ਕਿ 5-6-7 ਘੰਟੇ ਥੋੜ੍ਹੀ ਜਾਣੀ, 4-5 ਜਣੇ ਦੇ ਗਰੁੱਪ ਬਣਾ ਲਏ ਤੁਸੀਂ, ਇੱਕੋ ਜਗ੍ਹਾ ਅਸੀਂ ਬਣਾ ਨਹੀਂ ਸਕਦੇ ਇੰਨੀਆਂ ਰੋਟੀਆਂ ਨਾ ਜੀ। ਹਾਂ, ਤਾਂ ਕਰਕੇ ਫਿਰ ਇੱਕੋ ਭਾਂਡਾ ਆ, ਇੱਕੋ ਆ। ਇਹ ਕਈ ਵਾਰੀ ਐਂ ਕਹਿੰਦੇ ਨੇ ਡੁਬਈ 'ਚ ਡੋਰਮੈਟਰੀਆਂ ਇੱਦਾਂ ਰਹਿੰਦੇ ਸੀ, ਉੱਥੋਂ ਉੱਥੇ ਹਾਲਾਤ ਵਧੀਆ ਸੀ ਇਦੋਂ? ਉੱਥੇ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਜੀ ਮੈਂ, ਤੁਸੀਂ ਕਹਿੰਦਾ ਝੂਠ ਬੋਲਣਾ, ਅਸੀਂ ਸਵਰਗ 'ਚੋਂ ਨਿਕਲ ਕੇ ਨਰਕ ਵਿੱਚ ਆ ਗਏ, ਸਾਨੂੰ ਇਹ ਮਹਿਸੂਸ ਹੋ ਰਿਹਾ ਹੁਣ। ਸਾਡੇ ਲਈ ਦੁਬਈ ਸਵਰਗ ਸੀ, ਨਿਊਜ਼ੀਲੈਂਡ ਸਾਡੇ ਲਈ ਇਸ ਟਾਈਮ ਨਰਕ ਆ ਫਿਲਹਾਲ ਦੀ ਘੜੀ, ਕੱਲ ਨੂੰ ਕੀ ਹੋਣਾ ਉਹਦੇ ਬਾਰੇ ਸਾਨੂੰ ਕੁਛ ਪਤਾ ਨਹੀਂ। ਆਓ ਜਸਪ੍ਰੀਤ, ਆਪਾਂ ਕਮਰੇ ਵੀ ਦਿਖਾਉਂਦੇ ਹਾਂ ਅੰਦਰ, ਅਤੇ ਆਹ ਫਰਿੱਜ ਹੈ ਇੱਕ ਜਿਹਦੇ 'ਚ ਸਾਰਾ ਜਿਹੜਾ ਤੁਸੀਂ ਕਹਿ ਸਕਦੇ ਦੇਖ ਸਕਦੇ ਹਾਂ ਕਿ ਇੱਕ ਫਰਿੱਜ ਦੇ ਵਿੱਚ ਹੀ ਸਾਰਾ ਮੈਨੇਜ ਕਰ ਰਹੇ ਹਾਂ 30 ਜਣਿਆਂ ਦਾ ਖਾਣਾ ਪੀਣਾ। ਅੱਛਾ, ਇਹ ਵੀ ਦੱਸ ਰਹੇ ਆ ਵੀ ਕੱਲ੍ਹ ਜਿਹੜਾ ਖਾਣਾ ਪੀਣਾ ਕੱਲ੍ਹ ਦੇ ਕੇ ਗਏ, ਪਿਛਲੇ ਇੱਕ ਹਫ਼ਤੇ ਤੋਂ ਹੈ ਨਹੀਂ ਸੀਗਾ। ਅਤੇ ਇੱਧਰ ਇਹੀ ਇੱਕ ਵਾਸ਼ਿੰਗ ਮਸ਼ੀਨ ਆ, ਅਤੇ ਆਹ ਜਿਹੜਾ ਹੈਗਾ ਕਿ ਤੁਸੀਂ ਦੇਖ ਸਕਦੇ ਹੋ ਜੀ, ਇੱਕੋ ਟੋਇਲਟ ਆ, ਇਹ ਤਾਂ ਇਹ ਵੀਰ ਜਿਹੜੇ ਹੈਗੇ ਕਿ ਲਗਾਤਾਰ ਨਾਲ ਮਾੜੀ ਮੋਟੀ ਸਫਾਈ ਵਗੈਰਾ ਕਰਦੇ ਰਹਿੰਦੇ, ਇਹਦੇ ਵਿੱਚ 30 ਜਣੇ ਜਿਹੜੇ ਕਿ ਉਹ ਕਰ ਰਹੇ ਆ। ਇੱਧਰ ਮੈਨੂੰ ਲੱਗਦਾ ਕੋਈ ਨਹਾਉਣ ਗਿਆ ਹੋਊਗਾ ਸ਼ਾਇਦ। ਹਾਂਜੀ, ਸੋ ਇੱਧਰ ਤੁਸੀਂ ਦੇਖ ਸਕਦੇ ਹਾਂ ਕਿ ਇਹ ਸ਼ਾਵਰ ਆ, ਸ਼ਾਵਰ ਦੀ ਹਾਲਾਤ ਦਿਖਾਓ ਜਸਪ੍ਰੀਤ ਜੀ। ਆਹ ਦੇਖੋ ਇੱਦਾਂ ਦੀ ਜਿਹੜੀ ਹੈਗੀ ਕੰਡੀਸ਼ਨ ਨੇ ਸ਼ਾਵਰ ਦੀਆਂ, ਇੱਥੇ ਜਾਣੀ ਕਿ 30 ਜਣੇ ਜਿਹੜੇ ਹੈਗੇ ਆ ਕਿ ਇਸ ਸ਼ਾਵਰ ਦੇ ਵਿੱਚ ਹੀ ਇਸ਼ਨਾਨ ਕਰਦੇ ਆ। ਹਾਂ, ਸਾਬਣ ਦਿਖਾਓ ਜੀ, ਇੰਨੇ ਸਾਰਿਆਂ ਦੇ ਆਪੋ ਆਪਣੇ ਜਿਵੇਂ ਗਰੁੱਪ ਵਾਈਜ਼ ਹੀ ਸਾਬਣ ਰੱਖੇ ਹੋਏ ਆ ਸਾਰੇ, ਆ ਤੁਸੀਂ ਦੇਖ ਸਕਦੇ ਆ। ਹਾਂਜੀ, ਬੈਗ ਇੱਧਰ ਵੀ ਤੁਸੀਂ ਦੇਖੋ ਕਿ ਬੈਗ ਵੀ ਇਹ ਰੱਖਣ ਨੂੰ ਜਗ੍ਹਾ ਨਹੀਂ ਹੈਗੀ, ਤਾਂ ਇਹਦੇ ਵਿੱਚ ਹੀ ਵਾਸ਼ਰੂਮ ਦੇ ਵਿੱਚ ਹੀ ਬੈਗ ਰੱਖੇ ਹੋਏ ਹੈਗੇ। ਇੱਧਰ ਆ ਗਏ ਜੀ ਕਮਰੇ, ਅਤੇ ਕਮਰਿਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਉਹੀ ਵਿਚਾਲੇ ਜਿਹੜੇ ਹੈਗੇ ਆ ਕਿ ਰੱਖੇ ਹੋਏ ਹੈਗੇ ਗੱਤੇ ਦਾ, ਉਹਦੇ 'ਤੇ ਪੈਂਦੇ ਹੈਗੇ ਆ ਜੀ ਸਾਰੇ। ਅਤੇ
ਇੱਧਰ ਆਪਾਂ ਹੁਣ ਇੱਧਰ ਵੀ ਦਿਖਾ ਦਿੰਦੇ ਹਾਂ ਜੀ। ਸੋ ਇੱਧਰ ਵੀ ਇਵੇਂ ਹੀ ਗੱਦੇ ਰੱਖੇ ਹੋਏ ਆ, ਅਤੇ ਇਹਨਾਂ ਦੇ ਵਿੱਚ ਵੀ ਉਹੀ ਤਿੰਨ ਤਿੰਨ ਚਾਰ ਚਾਰ ਜਾਣੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਪੈ ਰਹੇ ਹੈਗੇ। ਇੱਧਰ ਤੁਸੀਂ ਦਿਖਾਓ ਜੀ, ਇੱਧਰ ਇੱਧਰ ਬੈਗ ਪਏ ਹੈਗੇ ਆ ਸਾਰਾ ਕੁਛ। ਸੋ ਡਾਕੂਮੈਂਟ ਵੀ ਸਾਰੇ ਆਪਣੇ ਹੁੰਦੇ ਆ ਜੀ, ਹੈ ਨਾ, ਸਾਰਾ ਇਸ ਕਿਸਮ ਦਾ ਹੀ ਜਿਹੜਾ ਕਿ ਚੱਲ ਰਿਹਾ। ਖਾਣਾ ਪੀਣਾ ਜਿਸ ਤਰੀਕੇ ਨਾਲ ਵੀ ਹੁੰਦਾ ਆਪੋ ਆਪਣਾ ਸਭ ਨੇ ਕੀਤਾ ਹੋਇਆ ਮੈਨੇਜ। ਬਾਹਰ ਵੀ ਇੱਕ ਕਮਰਾ ਬਾਹਰ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ, ਹੈ ਨਾ। ਇਹ ਵੀ ਇੱਧਰ ਵੀ ਤੁਸੀਂ ਦੇਖ ਸਕਦੇ ਹਾਂ ਕਿ ਇੱਧਰ ਇਹ ਵੀਰ ਬੈਠੇ ਨੇ, ਇਹ ਸਾਡੇ ਸਾਊਥ ਇੰਡੀਆ ਤੋਂ ਨੇ ਭਰਾ, ਅਤੇ ਇਹ ਸਾਰੇ ਇੱਥੇ ਨੇ। ਤਾਂ ਉਹੀ ਗੱਲ, ਸਾਰੇ ਗੱਦੇ ਨਹੀਂ ਹੈਗੇ ਤਾਂ ਉੱਥੇ ਫਿਰ ਗੱਤਿਆਂ ਨਾਲ ਕੰਮ ਚਲਾਇਆ ਜਾ ਰਿਹਾ ਹੈਗਾ।